ਦੋਸਤੋ ਐਮਡੀ ਜੌਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਨੋਟੀਫਿਕੇਸ਼ਨ ਅਪਡੇਟ ਜਾਰੀ ਕੀਤਾ ਗਿਆ ਸੀ ਸਭ ਤੋਂ ਪਹਿਲਾਂ ਵੀਡੀਓ ਲੈ ਕੇ حاضر ਹੋ ਚੁੱਕੇ ਆ ਸਾਡੇ ਚੈਨਲ ਦੇ ਉੱਤੇ ਜੀ ਸਾਡੇ ਚੈਨਲ ਦੇ ਉੱਤੇ ਤੁਹਾਨੂੰ ਜੋ ਅਪਡੇਟ ਜਾਰੀ ਕੀਤਾ ਗਿਆ ਹੈ ਜੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਉਹਨਾਂ ਸੰਬੰਧੀ ਅਸੀਂ ਪੂਰੀ ਜਾਣਕਾਰੀ ਦੇਵਾਂਗੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਹੁਣੇ-ਹੁਣੇ ਜੋ ਕਿ 12th ਗਾਰਡਨ ਪਟਿਆਲਾ ਵਿਖੇ ਜੀ ਵੱਲੋਂ ਨੋਟੀਫਿਕੇਸ਼ਨ ਅਪਡੇਟ ਜਾਰੀ ਕੀਤਾ ਗਿਆ ਹੈ ਜੀ ਸ਼ਾਰਟਲਿਸਟਡ ਕੈਂਡੀਡੇਟ ਦੀ ਜੋ ਹੈ ਲਿਸਟ ਜਾਰੀ ਕੀਤੀ ਗਈ ਹੈ ਜਿਨ੍ਹਾਂ ਦੀ ਆਫੀਸ਼ੀਅਲ ਵੈਬਸਾਈਟ ਹੈ ਜੀ ppsc.gov.in ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਹੈਗੀ ਜਿਸ ਦੇ ਉੱਤੇ ਤੁਸੀਂ ਵਧੇਰੇ ਜਾਣਕਾਰੀ ਲਈ ਵੀ ਸੰਪਰਕ ਕਰ ਸਕਦੇ ਹੋ ਜਾਂ ਇਹਨਾਂ ਦੇ ਦਿੱਤੇ ਹੋਏ ਨੰਬਰ ਜੋ ਕਿ ਨੇ 01755014 831 01755014826 ਉੱਤੇ ਜੀ ਸੰਪਰਕ ਕਰ ਸਕਦੇ ਹੋ ਹੰਤਾਨ ਨੂੰ ਦੱਸ ਦਈਏ ਕਿ ਕੀ ਅਨਾਉਂਸਮੈਂਟ ਕੀਤੀ ਗਈ ਹੈ ਇਹਨਾਂ ਵੱਲੋਂ ਜੋ ਰਿਕਰੂਟਮੈਂਟ ਆਈ ਸੀ ਜੂਨੀਅਰ ਐਡੀਟਰ ਗਰੁੱਪ ਬੀ ਦੀਆਂ ਪੋਸਟਾਂ 75 ਪੋਸਟਾਂ ਅਨਾਉਂਸ ਕੀਤੀਆਂ ਗਈਆਂ ਸੀ ਜੋ ਕਿ ਡਿਪਾਰਟਮੈਂਟ ਆਫ ਫਾਈਨੈਂਸ ਗਵਰਨਮੈਂਟ ਆਫ ਪੰਜਾਬ ਵਿੱਚ ਇਹ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਸੀ ਰਿਟਰਨ ਕੰਪੀਟੀਟਿਵ ਐਗਜ਼ਾਮੀਨੇਸ਼ਨ ਹੋਇਆ ਸੀਗਾ ਜੀ ਇਹਨਾਂ ਪੋਸਟਾਂ ਦੇ ਲਈ 5 ਪੰਜ 2024 ਐਤਵਾਰ ਵਾਲੇ ਦਿਨ ਤੇ ਐਜ ਪਰ ਰਵਾਈਜ਼ਡ ਅਨਸਰ ਕੀ ਕੈਂਡੀਡੇਟ ਮੈਂਸ਼ਨਡ ਇਨ ਦਾ ਲਿਸਟ ਬਿਲੋ ਹੈਵ ਬੀਨ ਪ੍ਰੋਵੀਜ਼ਨਲੀ ਸ਼ਾਰਟਲਿਸਟਡ ਉਹਨਾਂ ਦੀ ਜੋ ਅਨਸਰ ਕੀ ਦੇ ਉੱਤਾਰ ਦੇ ਉੱਤੇ ਜੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਜੀ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਡੇਟ 29/8/2024 ਟਾਈਮ 9 ਤੋਂ 1 ਵਜੇ ਤੱਕ ਰੋਲ ਨੰਬਰ A ਜੋ ਹੈ ਬੁਲਾਏ ਗਏ ਨੇ ਤੇ 30/8/2024 9 ਤੋਂ 1 ਵਜੇ ਤੱਕ ਇਹ ਨੀਚੇ ਦਿੱਤੇ ਹੋਏ ਜੋ ਲਿਸਟ ਦੇ ਵਿੱਚ ਰੋਲ ਨੰਬਰ ਬੁਲਾਏ ਗਏ ਨੇ ਤੇ 2/9/2024 24 ਨੂੰ 9 ਤੋਂ 1 ਰੋਲ ਨੰਬਰ A ਬੁਲਾਏ ਗਏ ਨੇ ਤੁਸੀਂ ਦੇਖ ਸਕਦੇ ਹੋ ਸ਼ਾਰਟਲਿਸਟਡ ਕੈਂਡੀਡੇਟਸ ਦੀ ਲਿਸਟ ਇਹ ਰੋਲ ਨੰਬਰ ਨੇ ਜੀ ਠੀਕ ਹੈ ਤੇ ਕੀ ਕੀ ਲੈ ਕੇ ਜਾਣਾ ਜੀ ਆਪਣੇ ਕੈਂਡੀਡੇਟਸ ਨੇ ਜਿਹੜੇ ਸ਼ਾਰਟਲਿਸਟਡ ਹੋਏ ਨੇ ਤੁਸੀਂ ਚੈੱਕ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਤੁਸੀਂ ਇਹ ਲਿਸਟ ਆਪਣੇ ਜੋ ਡਾਕੂਮੈਂਟਸ ਨੇ ओरिजिनल ਜ਼ਰੂਰ ਨਾਲ ਲੈ ਕੇ ਜਾਣੇ ਨੇ ਇਹ ਸਾਰੀ ਫਾਈਲ ਤਿਆਰ ਕਰਕੇ ਤੁਸੀਂ ਇਹਨਾਂ ਦੇ ਦਿੱਤੇ ਹੋਏ ਪਤੇ ਦੇਤੇ ਪਹੁੰਚ ਜਾਣਾ ਜੀ ਇਹ ਲਿਸਟ ਹੁਣੇ-ਹੁਣੇ ਜਾਰੀ ਕੀਤੀ ਗਈ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਤਾਂ ਜੋ ਇਹ ਸਾਰੇ ਲੋਕਾਂ ਤੱਕ ਜਾਣਕਾਰੀ ਪਹੁੰਚ ਸਕੇ ਜੀ ਏਸੀ ਅੱਜ ਦਾ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ YouTube ਨੂੰ ਸਬਸਕ੍ਰਾਈਬ ਕਰੋ ਕਿਉਂਕਿ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਸਰਕਾਰੀ ਨੌਕਰੀ ਆਉਂਦੀ ਹੈ ਪ੍ਰਾਈਵੇਟ ਨੌਕਰੀ ਆਉਂਦੀ ਹੈ ਉਹਨਾਂ ਦੀ ਜਾਣਕਾਰੀ ਤੁਹਾਡੇ ਤੱਕ ਅਸੀਂ ਸਭ ਤੋਂ ਪਹਿਲਾਂ ਲੈ ਕੇ ਹਾਜ਼ਰ ਹੋਣੇ ਹਾਂ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਜੀ ਤਦ ਤੱਕ ਲਈ ਜੀ ਰੱਬ ਰਾਖਾ